ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਫਿਰੋਜ਼ਪੁਰ ਭਰਤੀ ਜਿਹੜੀ ਹੋ ਰਹੀ ਆ 1 April ਤੋਂ ਸ਼ੁਰੂ ਤੇ ਉਹਦੇ ਬਾਰੇ ਮੈਂ ਸਾਰੀ ਜਾਣਕਾਰੀ ਦਵਾਂਗਾ ਇਸ ਵੀਡੀਓ ਵਿੱਚ ਤੇ ਜੇ ਤੁਸੀਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਨਾਲ ਲਾਈਕ ਜ਼ਰੂਰ ਕਰਿਓ ਤੇ ਹੁਣ ਗੱਲ ਕਰਦੇ ਆ ਪਟਿਆਲਾ ਆਰਮੀ ਭਰਤੀ ਦੀ ਪਹਿਲਾਂ ਤੇ ਕਾਫੀ ਜੜੀ ਪਟਿਆਲੇ ਦੀ ਆਰਮੀ ਦੀ perties ਚੱਲ ਰਹੀ ਸੀ ਉਹਦੇ ਵਿੱਚ ਉਮਰ ਤੋਂ ਲੈ ਕੇ ਕਾਫੀ ਜੜਾ ਕਨਫਿਊਜ਼ਨ ਪੈਦਾ ਹੋਈ ਸੀ ਕਿਉਂਕਿ ਜਿਹੜੇ ਪੁਰਾਣੇ ਮੁੰਡੇ ਓਵਰੇਜ ਹੋ ਚੁੱਕੇ ਸੀ ਉਹ ਫਾਰਮ ਨਹੀਂ ਪਾ ਸਕੇ ਇਸ ਕਰਕੇ ਉਹ ਪਰਤੀ ਨਹੀਂ ਦੇਖ ਸਕੇ ਜਿਨ੍ਹਾਂ ਦੀ ਉਮਰ ਹੈਗੀ ਸੀ ਉਹੀ ਪਰਤੀ ਦੇਖ ਸਕੇ ਨੇ ਬਾਕੀ ਕਈਆਂ ਨੂੰ ਮੌਕਾ ਨਹੀਂ ਦਿੱਤਾ ਗਿਆ ਜਿਨ੍ਹਾਂ ਦੀ ਉਮਰ ਕਰੋਨਾ ਦੇ ਕਰਕੇ ਲੰਘ ਗਈ ਹੀ ਉਹਨਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ ਤੇ ਵੀਰ ਜੀ ਹੁਣ ਗੱਲ ਕਰਦੇ ਆ ਫਿਰੋਜ਼ਪੁਰ ਆਰਮੀ ਪ੍ਰਤੀ ਦੇ ਐਡਮਿਟ ਕਾਰਡ ਦੀ ਤੇ ਐਡਮਿਟ ਕਾਰਡ ਜਿਹੜੇ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਐਡਮਿਟ ਕਾਰਡ ਕਿਸੇ ਵੀਰ ਨੇ ਮੈਨੂੰ ਪੇਜ ਆਇਆ ਤੇ ਉਹਨੇ ਵੀ ਭਰਤੀ ਦੇਖਣੀ ਆ ਤੇ ਉਹਨੇ ਖਾਸ ਤੌਰ ਤੇ ਮੈਨੂੰ ਭੇਜਿਆ ਆ ਕਿ ਵੀਰ ਜੀ ਮੇਰੀ 7 ਤਰੀਕ ਨੂੰ ਭਰਤੀ ਆ ਤੇ ਤੁਸੀਂ 1 ਤਰੀਕ ਨੂੰ ਜ਼ਰੂਰ ਜਾਇਓ ਤੇ ਨਾਲ ਦੱਸਿਓ ਕਿੰਨੇ ਮੁੰਡਿਆਂ ਦਾ ਗਰੁੱਪ ਬਣਦਾ ਹੈ ਕਿੰਨੇ ਚੁੱਕਦੇ ਆ ਸਾਰੀ ਜਾਣਕਾਰੀ ਤੁਹਾਨੂੰ ਮੇਰੇ YouTube ਚੈਨਲ ਤੇ ਮਿਲਦੀ ਰਹੇਗੀ ਇਸ ਕਰਕੇ ਮੇਰਾ ਵੀਰ ਜਿਹੜਾ ਵੀ ਫਿਰੋਜ਼ਪੁਰ ਵਾਲਾ ਵਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਤੁਹਾਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਏਗਾ ਕਿੰਦਾਂ ਦੀ ਭਰਤੀ ਚੱਲ ਰਹੀ ਆ ਸਾਰੀ ਜਾਣਕਾਰੀ ਫ੍ਰੀ ਵਿੱਚ ਤੁਹਾਡੇ ਮੋਬਾਈਲ ਤੇ ਹੀ ਮਿਲ ਜਾਏਗੀ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਨਾਲ ਮੈਂ ਦੋ ਤਿੰਨ ਗੱਲਾਂ ਹੋਰ ਵੀ ਦੱਸਾਂਗਾ ਕਿ ਕਰੋਨਾ ਦੀ ਰਿਪੋਰਟ ਚਾਹੀਦੀ ਹੈ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਸਾਰੀ ਜਾਣਕਾਰੀ ਦਿੱਤੀ ਜਾਏਗੀ ਇਸ ਕਰਕੇ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਆ ਤੇ ਹੁਣ ਗੱਲ ਕਰਦੇ ਆ ਫਿਰੋਜ਼ਪੁਰ ਆਰਮੀ ਭਰਤੀ ਦੇ ਐਡਮਿਟ ਕਾਰਡ ਵੀਰ ਜੀ ਆ ਚੁੱਕੇ ਨੇ ਸਾਰੇ ਜ਼ਿਆਦਾਤਰ ਮੁੰਡਿਆਂ ਨੇ ਕਢਾ ਲੈਣ ਦੇ ਬਾਕੀ ਹੁਣ ਗੱਲ ਕਰਦੇ ਆ ਕਰੋਨਾ ਰਿਪੋਰਟ ਦੀ ਇਹ ਭਰਤੀ ਜਿਹੜੀ 1 April ਤੋਂ ਲੈ ਕੇ 1 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਇਹ ਭਰਤੀ ਚੱਲਦੀ ਰਹਿਣੀ ਹੈ ਵੀਰ ਜੀ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ ਸਾਰੀ ਜਾਣਕਾਰੀ ਭਰਤੀ ਦੀ ਕਿੰਨੇ ਮੁੰਡੇ ਚੁੱਕਦੇ ਆ ਕਿੰਨੀ ਘੜੀ ਲੱਗੀ ਆ ਜਾਂ ਨਹੀਂ ਲੱਗੀ ਜਾਂ ਸਾਰੀ ਹਰਤ A to Z ਜਾਣਕਾਰੀ ਤੁਹਾਨੂੰ ਸਿਰਫ ਮੇਰੇ YouTube ਚੈਨਲ ਤੇ ਮਿਲਦੀ ਰਹੇਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਇੱਕ ਵੀਰ ਕਾਫੀ ਕਮੈਂਟ ਕਰ ਰਿਹਾ ਸੀ ਕਿੰਨੇ ਕਮੈਂਟ ਉਹਨੇ ਕੀਤੇ ਕਿ ਵੀਰ ਜੀ ਫਿਰੋਜ਼ਪੁਰ ਆਰਮੀ ਭਰਤੀ ਦੇ ਐਡਮਿਟ ਕਾਰਡ ਆ ਚੁੱਕੇ ਆ ਤੇ ਤੁਸੀਂ ਇਹਦੇ ਵੀਰੇ ਵੀਡੀਓ ਬਣਾਓ ਤੇ ਨਾਲ ਇਹ ਦੱਸੋ ਕਿ ਕਰੋਨਾ ਦੀ ਰਿਪੋਰਟ ਚਾਹੀਦੀ ਆ ਤੇ ਵੀਰ ਜੀ ਮੈਂ صاف صاف ਗੱਲ ਇਹ ਦੱਸਣਾ ਚਾਹੁੰਦਾ ਕਿ 100% ਕਰੋਨਾ ਦੀ ਰਿਪੋਰਟ ਜ਼ਰੂਰੀ ਆ ਵੀਰ ਜੀ ਕਰੋਨਾ ਦੀ ਰਿਪੋਰਟ ਜ਼ਰੂਰ ਲੈ ਕੇ ਜਾਇਓ ਤੇ ਮਾਸਕ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਇਹਨਾਂ ਗੱਲਾਂ ਦਾ ਤਿਆਰ ਕਿਉਂ ਕਿ ਕਰੋਨਾ ਜਿਹੜਾ ਆ ਦੁਬਾਰਾ ਤੋਂ ਵਧ ਰਿਹਾ ਹੈ ਇਸ ਕਰਕੇ ਕਾਫੀ ਜ਼ਿਆਦਾ ਜਿਹੜੀ ਆ ਕਰੋਨਾ ਦੀ ਸ਼ਕਤੀ ਕੀਤੀ ਜਾ ਰਹੀ ਹੈ ਇਸ ਕਰਕੇ ਹਰ ਕੋਈ ਮਾਸਕ ਜ਼ਰੂਰ ਪਾ ਕੇ ਜਾਇਓ ਇੱਕ ਦੋ ਮਾਸਕ ਵੱਧ ਲੈ ਕੇ ਜਾਇਓ ਤੇ ਨਾਲ ਵੀਰ ਜੀ ਕਰੋਨਾ ਦੀ ਰਿਪੋਰਟ ਜਿਹੜੀ ਆ ਤੁਸੀਂ ਲੈ ਕੇ ਫੇਰ ਹੀ ਐਂਟਰੀ ਹੋਏਗੀ ਨਹੀਂ ਤੇ ਐਂਟਰੀ ਨਹੀਂ ਹੋਏਗੀ ਇਸ ਕਰਕੇ ਇਹ ਚੀਜ਼ਾਂ ਦੀ ਧਿਆਨ ਜਰੂਰ ਲੈ ਕੇ ਜਾਇਆ ਕਰੋਨਾ ਰਿਪੋਰਟ ਚਾਹੀਦੀ ਹੀ ਚਾਹੀਦੀ ਆ ਵੀਰੇ ਆ ਮੁੰਡੇ ਦੀ ਬਹੁਤ ਬਹੁਤ ਧੰਨਵਾਦ ਜਿਹਨੇ ਮੈਨੂੰ ਇਹ ਐਡਮਿਟ ਕਾਰਡ ਸੈਂਡ ਕੀਤਾ ਤੇ ਕਾਫੀ ਦਿਨਾਂ ਤੋਂ ਉਹਨੇ ਬੋਲਿਆ ਸੀ ਕਿ ਵੀਰ ਜੀ ਮੇਰਾ ਐਡਮਿਟ ਕਾਰਡ ਆ ਗਿਆ ਵਾ ਤੇ ਪਲੀਜ਼ ਤੁਸੀਂ ਵੀਡੀਓ ਬਣਾ ਦੋ ਤੇ ਮੈਂ ਅੱਜ ਵੀਡੀਓ ਬਣਾ ਕੇ ਪਾ ਦਤੀ ਆ ਤੇ ਵੀਰ ਜੀ ਬਹੁਤ ਵਧੀਆ ਭਰਤੀ ਹੋਏਗੀ ਬਾਕੀ ਤੁਹਾਨੂੰ ਭਰਤੀ ਵਾਲੇ ਦਿਨ ਹੀ ਪਹਿਲੇ ਦਿਨ ਹੀ ਦੱਸ ਦਵਾਂਗਾ ਕਿਸ ਤਰ੍ਹਾਂ ਦੀ ਭਰਤੀ ਚੱਲ ਰਹੀ ਆ ਵੀਡੀਓ ਚੰਗੀ ਲੱਗੇ ਤੇ ਲਾਈਕ ਜਰੂਰ ਕਰਦੇ ਹੋ ਜੈ ਹਿੰਦ ਦੋਸਤੋ